ਮੁਹਾਲੀ ਪੁਲਿਸ ਦੀ ਗ੍ਰਿਫਤ ਚਾਏ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਪੁਲਿਸ ਸਾਹਮਣੇ ਵੱਡੇ ਖੁਲਾਸੇ ਕੀਤੇ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਗਨ ਹਾਊਸ ਤੋਂ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਹੁੰਦੇ ਸੀ ਜਿਸ ਤੋਂ ਬਾਅਦ ਜਲਾਲਾਬਾਦ ਪੁਲਿਸ ਨੇ ਕਪਿਲ ਗਨ ਹਾਊਸ ਤੇ ਛਾਪਾ ਮਾਰੀ ਕੀਤੀ ਅਤੇ ਅਬੋਹਰ ਦੇ ਗਨ ਹਾਊਸ ਦੇ ਮਾਲਕਾਂ ਤੇ ਵੀ ਪੁਲਿਸ ਨੇ ਕਾਰਵਾਈ ਕੀਤੀ ਉਹਨਾਂ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਾਲਕਾਂ ਤੋਂ ਇਲਾਵਾ ਸੱਤ ਹੋਰ ਲੋਕਾਂ ਤੇ ਵੀ ਮਾਮਲਾ ਦਰਜ ਕੀਤਾ ਹੈ ਫਾਜ਼ਿਲਕਾ ਦੇ ਰਾਹੁਲ ਗਨ ਹਾਊਸ ਦੇ ਮਾਲਕ ਹਰੀਸ਼ ਕੁਮਾਰ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ ਫਾਜ਼ਿਲਕਾ ਸੀਆਈ ਸਟਾਫ ਨੇ ਕੁੱਪ ਸੂਚਨਾ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਸੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਨੇ ਗਨ ਹਾਊਸ ਗੈਂਗਸਟਰਾਂ ਨੂੰ ਨਾਜਾਇਜ਼ ਤੌਰ ਤੇ ਹਥਿਆਰ ਸਪਲਾਈ ਕਰਦੇ ਨੇ ਬਾਅਦ ਵਿੱਚ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਹਰੀਸ਼ ਕੁਮਾਰ ਦਾ ਇੱਕ ਦਿਨ ਦਾ ਅਤੇ ਅਮਰ ਲਾਲ ਦਾ 3 ਦਿਨਾਂ ਦਾ ਰਹਿਮਾਨ ਪੁਲਿਸ ਨੂੰ ਮਿਲਿਆ ਹੈ ਦੂਜੇ ਪਾਸੇ આરોપીਆਂ ਦੇ ਵਕੀਲ ਇਹਨਾਂ ਨੂੰ ਬੇਗੁਨਾਹ ਦੱਸ ਰਹੇ ਨੇ ਪੁਲਿਸ ਨੇ ਹਰੀਸ਼ ਨੂੰ ਸੈਟਰਡੇ ਮਾਰਨਿੰਗ ਅਰੈਸਟ ਕਰ ਲਿਆ ਕੱਲ ਇਹਨਾਂ ਨੇ ਜਿਹੜਾ ਪਰਚਾ ਦਿੱਤਾ ਔਰ ਜਿਹੜੀ ਐਫਆਈਆਰ ਹੈ ਇਹ ਕਹਿੰਦੇ ਕਿ ਅਮਰ ਲਾਲ ਸੀਤਿਆ ਦੇ ਬਿਆਨ ਦੇ ਵਿੱਚ ਜਿਹੜੀ ਹੈ ਹਰੀਸ਼ ਦੀ ਇਨਵੋਲਵਮੈਂਟ ਆਈ ਹੈ ਬਟ ਜਿਹੜੀ ਐਫਆਈਆਰ ਰਜਿਸਟਰਡ ਕੀਤੀ ਹੈ 35 ਨੰਬਰ 92 2020 ਦੀ ਉਪ ਕੀਤੀ ਹੈ ਸਿਟੀ ਫਾਜ਼ਿਲਕਾ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਵਿੱਚ ਅਮਰਲਾਲ ਸੀਤੀ ਐਕਿਊਸ ਨਹੀਂ ਗਏ ਹਰੀਸ਼ ਔਰ ਇੱਕ ਟਿੰਪੀ ਐ ਐਕਿਊਸਡ ਉਹਨਾਂ ਦੋਨਾਂ ਨੂੰ ਜਿਹੜਾ ਨਾਮਿਨੇਟ ਕੀਤਾ ਇਹਨਾਂ ਨੇ ਉਹ ਬਿਲਕੁਲ ਫਾਲਸ ਹੈ ਔਰ ਜਿਹੜੀ ਉਹ ਐਫਆਈਆਰ ਹੈ ਉਹ ਮੁਖਬਰੀ ਦੇ ਉੱਪਰ ਜਿਹੜਾ ਇਹਨਾਂ ਨੇ ਪਰਚਾ ਸ਼ੋ ਕੀਤਾ ਬਟ ਆਲਰੇਡੀ ਇੱਕ ਪਰਸਨ ਜਿਹੜਾ ਪੁਲਿਸ ਕਸਟਡੀ ਦੇ ਵਿੱਚ ਹੈਗਾ ਉਹਨੂੰ ਇੱਕ ਮੁਖਬਰੀ ਦੇ ਪਰਚੇ ਦੇ ਵਿੱਚ ਸਿਰਫ ਇੱਕ ਜਸਟ ਪੁਲਿਸ ਜਿਹੜੀ ਹੈ ਨਾ ਇੱਕ ਮਤਲਬ ਸ਼ੋ ਕਰ ਰਹੀ ਹੈ ਕਿ ਆਹ ਦੇਖੋ ਅਸੀਂ ਇਹਨੇ ਬੰਦੇ ਜਿਹੜੇ ਆ ਅਰੈਸਟ ਕਰ ਲਏ ਆ ਅੱਜ ਦੇ ਕੇਸ ਦੇ ਵਿੱਚ 35 ਨੰਬਰ ਐਫਆਈਆਰ ਦੇ ਵਿੱਚ ਪੇਸ਼ ਕੀਤਾ ਸੀਗਾ ਹਰੀਸ਼ ਕੁਮਾਰ ਨੂੰ ਉਹਦੇ ਵਿੱਚ ਇੱਕ ਦਿਨ ਦਾ ਜੱਸਰ ਨੇ ਪੁਲਿਸ ਰਿਮਾਂਡ ਦਿੱਤਾ ਹੈ ਕਿ ਕੱਲ ਪੇਸ਼ ਕਰਨਾ ਹੈ ਔਰ ਉਹਦੇ ਵਿੱਚ ਜਿਹੜੀ ਹੈ ਸਰਚ ਵਾਰੰਟ ਦੀ ਐਪਲੀਕੇਸ਼ਨ ਲਗਾਈ ਸੀ ਪੁਲਿਸ ਨੇ ਜਿਹੜਾ ਸਰਚ ਵਾਰੰਟ ਹੈ ਸਰਚ ਵਾਰੰਟ ਥਰੂ ਵੀਡੀਓ ਦਾ ਆਰਡਰ ਕੀਤਾ ਹੈ ਕਿ ਜਿੰਨੀ ਵੀ ਸਰਚ ਹੋਏਗੀ ਦੁਕਾਨ ਦੇ ਵਿੱਚ ਉਹ ਥਰੂ ਸਾਰੀ ਵੀਡੀਓ ਦੇ ਅਕੋਰਡਿੰਗ ਹੋਏਗੀ ਪੁਲਿਸ ਵੱਲੋਂ ਜਿਹੜਾ ਕਪ ਮੇਨ ਤਾਂ ਜਿਹੜਾ ਕਾਪੀ ਲਾਇਆ ਹੈ ਜਦ ਗੈਂਗਸਟਰ ਸੀਗਾ ਬੁੱਢਾ ਉੱਥੋਂ ਦੀ ਜਿਹੜੀ ਇਹਨਾਂ ਦੀ ਇਨਵੋਲਵਮੈਂਟ ਜਿਹੜੀ ਸਟਾਰਟ ਕੀਤੀ ਪਹਿਲਾਂ ਕਪਿਲ ਨੂੰ ਨਾਮਿਨੇਟ ਕੀਤਾ ਇਹਨਾਂ ਨੇ ਕਪਿਲ ਤੋਂ ਬਾਅਦ ਜਿਹੜਾ ਹੈ ਅਮਰ ਲਾਟ ਸੇਤੀਆ ਅਬੋਰ ਤੋਂ ਉਹਨਾਂ ਨੂੰ ਇਹਨਾਂ ਨੇ ਨਾਮਿਨੇਟ ਕੀਤਾ ਅਮਰ ਲਾਟ ਸੇਤੀਆ ਦੀ ਸਟੇਟਮੈਂਟ ਤੋਂ ਇਹਨਾਂ ਨੇ ਨਾਮਿਨੇਟ ਕੀਤਾ ਹਰੀਸ਼ ਕੁਮਾਰ ਨੂੰ ਮੈਂ ਆਪਣੇ ਇਹ ਮੋੜਿਆਂ ਤੇ ਗੋੜਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇਹਨਾਂ ਕੋਲ ਹੈ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲੇ ਟਾਈ 3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਹੋ ਕੇ ਮੋਡੇ ਵੀ ਹੋ ਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇ ਵਿਚ ਜਿਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ ਟਾਈ 3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀ ਰੀਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਹੈ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿਤਨਾ ਕੀਤੀ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੀ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ ਪਰ ਥੈਂਕਸ ਟੂ ਫ੍ਰੀ ਲੀਫ ਜਿਨੇ ਮੇਰਾ ਕੌਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਨ ਨਾਲ ਮੈਂ ਮਾਰਕੀਟຊਨ ਬੜਾ ਹੀ ਕੌਨਫिडेंट ਹਾਂ ਆਰ ਇਦਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰੀਲੀਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ